ਅਸੀਂ ਤੇ ਬਾਹਰ ਹੀ ਤੇ ਇਹਦੇ ਮੁੰਡੇ ਨੇ ਫੋਨ ਕੀਤਾ ਧਰਮਸ਼ਾਲਾ, ਉਹ ਕਹਿੰਦਾ ਵੀ ਫੋਨ ਨਹੀਂ ਚੁੱਕੇ ਦੇ ਘਰ ਦੇ, ਤੇ ਮੇਰਾ ਭਤੀਜਾ ਉਹਨੂੰ ਫੋਨ ਕੀਤਾ ਉਹਨੇ ਨੇ, ਉਹ ਫਿਰ ਉਹਦੇ ਘਰ ਗਿਆ ਦੇਖਿਆ ਉਹਨੇ ਤੇ ਉਹ ਜੋਸ਼ ਪੇ ਦੇ ਅੰਦਰ ਸਾਰੇ। ਕਿੱਦਾਂ ਬੇਹੋਸ਼ ਹੋ ਗਿਆ? ਇਹ ਨਹੀਂ ਪਤਾ, ਅੰਦਰ ਅੱਗ ਉੱਗ ਗਿੱਠੀ ਬਾਲੀ ਦੀ ਰਾਤ। ਤੇ ਕਿੰਨੇ ਕੁ ਲੋਕ ਸੀ ਘਰ ਚੁੱਕੇ? ਇਹ 4 ਜਣੇ। ਇੱਕੋ ਫੈਮਿਲੀ? ਹਾਂਜੀ ਇੱਕੋ ਫੈਮਿਲੀ। ਪਠਾਨਕੋਟ ਵਿੱਚ ਦੀ ਐਮਰਜੈਂਸੀ ਵਿੱਚ ਕੋਈ ਕਰੀਬ 2 ਵਜੇ ਸਾਡੇ ਕੋਲ 4 ਪੇਸ਼ੈਂਟ ਰਿਪੋਰਟ ਹੋਏ ਹੈਗੇ ਆ। ਇਹਨਾਂ ਨੇ ਕਿਤੇ ਰਾਤ ਨੂੰ ਜਦੋਂ ਸੋਏ ਸੁੱਤੇ ਹੈਗੇ ਆ, ਇਹਨਾਂ ਨੇ ਕੋਇਲਾਂ ਵਾਲੀ ਜਿਹੜੀ ਅੰਗੀਠੀ ਹੈਗੀ ਆ ਉਹ ਆਪਣੇ ਕਮਰੇ 'ਚ ਰੱਖ ਲਈ ਅਤੇ ਕਮਰੇ ਦਰਵਾਜ਼ਾ ਬੰਦ ਕਰ ਦਿੱਤਾ, ਜਿਹਦੇ ਨਾਲ ਕਾਰਬਨ ਮੋਨੋਆਕਸਾਈਡ ਪੋਇਜ਼ਨਿੰਗ ਜਿਹੜੀ ਹੈਗੀ ਆ ਉਹ ਹੋ ਜਾਂਦੀ ਹੈਗੀ ਹੈ। ਅਤੇ ਜਿਹੜੇ 3 ਪੇਸ਼ੈਂਟ 4 ਪੇਸ਼ੈਂਟ ਹੈਗੇ ਆ ਇਸ ਵੇਲੇ ਕਾਰਬਨ ਮੋਨੋਆਕਸਾਈਡ ਪੋਇਜ਼ਨਿੰਗ ਨਾਲ ਸਾਡੇ ਕੋਲ ਆਏ ਹੈਗੇ ਆ, ਜਿਹਦੇ ਵਿੱਚੋਂ 3 ਪੇਸ਼ੈਂਟ ਜਿਹੜੇ ਹੈਗੇ ਆ ਬਿਲਕੁਲ ਸਟੇਬਲ ਹੈਗੇ ਆ ਅਤੇ 1 ਪੇਸ਼ੈਂਟ ਥੋੜ੍ਹਾ ਸੀਰੀਅਸ ਹੈਗਾ। ਇਹਨੂੰ ਅਸੀਂ 1 ਪੇਸ਼ੈਂਟ ਨੂੰ ਅਸੀਂ ਰੈਫਰ ਕਰਨ ਲੱਗੇ ਹਾਂ ਅਤੇ ਬਾਕੀ 3 ਪੇਸ਼ੈਂਟ ਜਿਹੜੇ ਹੈਗੇ ਆ ਸਟੇਬਲ ਕੰਡੀਸ਼ਨ ਵਿੱਚ ਸਾਡੇ ਕੋਲ। ਸਰ ਅਸੀਂ ਭੜੋਲੀ ਤੋਂ ਆਇਆ, ਰੂਈ ਦਾਸ ਮੇਰਾ ਨਾਂ ਆ। ਕੀ ਹਾਸਾ ਹੋਇਆ ਹੈ? ਸਰ ਅਸੀਂ ਤੇ ਬਾਹਰ ਹੀ ਤੇ ਇਹਦੇ ਮੁੰਡੇ ਨੇ ਫੋਨ ਕੀਤਾ ਧਰਮਸ਼ਾਲਾ, ਉਹ ਕਹਿੰਦਾ ਵੀ ਫੋਨ ਨਹੀਂ ਚੁੱਕੇ ਦੇ ਘਰ ਦੇ, ਤੇ ਮੇਰਾ ਭਤੀਜਾ ਉਹਨੂੰ ਫੋਨ ਕੀਤਾ ਉਹਨੇ ਨੇ, ਉਹ ਫਿਰ ਉਹਦੇ ਘਰ ਗਿਆ ਦੇਖਿਆ ਉਹਨੇ ਤੇ ਉਹ ਜੋਸ਼ ਪੇ ਦੇ ਅੰਦਰ ਸਾਰੇ। ਕਿੱਦਾਂ ਬੇਹੋਸ਼ ਹੋ ਗਿਆ? ਇਹ ਨਹੀਂ ਪਤਾ, ਅੰਦਰ ਅੱਗ ਉੱਗ ਗਿੱਠੀ ਬਾਲੀ ਦੀ ਰਾਤ। ਤੇ ਕਿੰਨੇ ਕੁ ਲੋਕ ਸੀ ਘਰ ਚੁੱਕੇ? ਇਹ 4 ਜਣੇ। ਇੱਕੋ ਫੈਮਿਲੀ? ਹਾਂਜੀ ਇੱਕੋ ਫੈਮਿਲੀ। ਪਠਾਨਕੋਟ ਵਿੱਚ ਦੀ ਐਮਰਜੈਂਸੀ ਵਿੱਚ ਕੋਈ ਕਰੀਬ 2 ਵਜੇ ਸਾਡੇ ਕੋਲ 4 ਪੇਸ਼ੈਂਟ ਰਿਪੋਰਟ ਹੋਏ ਹੈਗੇ ਆ। ਇਹਨਾਂ ਨੇ ਕਿਤੇ ਰਾਤ ਨੂੰ ਜਦੋਂ ਸੋਏ ਸੁੱਤੇ ਹੈਗੇ ਆ, ਇਹਨਾਂ ਨੇ ਕੋਇਲਾਂ ਵਾਲੀ ਜਿਹੜੀ ਅੰਗੀਠੀ ਹੈਗੀ ਆ ਉਹ ਆਪਣੇ ਕਮਰੇ 'ਚ ਰੱਖ ਲਈ ਅਤੇ ਕਮਰੇ ਦਰਵਾਜ਼ਾ ਬੰਦ ਕਰ ਦਿੱਤਾ, ਜਿਹਦੇ ਨਾਲ ਕਾਰਬਨ ਮੋਨੋਆਕਸਾਈਡ ਪੋਇਜ਼ਨਿੰਗ ਜਿਹੜੀ ਹੈਗੀ ਆ ਉਹ ਹੋ ਜਾਂਦੀ ਹੈਗੀ ਹੈ। ਅਤੇ ਜਿਹੜੇ 3 ਪੇਸ਼ੈਂਟ 4 ਪੇਸ਼ੈਂਟ ਹੈਗੇ ਆ ਇਸ ਵੇਲੇ ਕਾਰਬਨ ਮੋਨੋਆਕਸਾਈਡ ਪੋਇਜ਼ਨਿੰਗ ਨਾਲ ਸਾਡੇ ਕੋਲ ਆਏ ਹੈਗੇ ਆ, ਜਿਹਦੇ ਵਿੱਚੋਂ 3 ਪੇਸ਼ੈਂਟ ਜਿਹੜੇ ਹੈਗੇ ਆ ਬਿਲਕੁਲ ਸਟੇਬਲ ਹੈਗੇ ਆ ਅਤੇ 1 ਪੇਸ਼ੈਂਟ ਥੋੜ੍ਹਾ ਸੀਰੀਅਸ ਹੈਗਾ। ਇਹਨੂੰ ਅਸੀਂ 1 ਪੇਸ਼ੈਂਟ ਨੂੰ ਅਸੀਂ ਰੈਫਰ ਕਰਨ ਲੱਗੇ ਹਾਂ ਅਤੇ ਬਾਕੀ 3 ਪੇਸ਼ੈਂਟ ਜਿਹੜੇ ਹੈਗੇ ਆ ਸਟੇਬਲ ਕੰਡੀਸ਼ਨ ਵਿੱਚ ਸਾਡੇ ਕੋਲ। ਸਰ ਅਸੀਂ ਭੜੋਲੀ ਤੋਂ ਆਇਆ, ਰੂਈ ਦਾਸ ਮੇਰਾ ਨਾਂ ਆ। ਕੀ ਹਾਸਾ ਹੋਇਆ ਹੈ? ਸਰ ਅਸੀਂ ਤੇ ਬਾਹਰ ਹੀ ਤੇ ਇਹਦੇ ਮੁੰਡੇ ਨੇ ਫੋਨ ਕੀਤਾ ਧਰਮਸ਼ਾਲਾ, ਉਹ ਕਹਿੰਦਾ ਵੀ ਫੋਨ ਨਹੀਂ ਚੁੱਕੇ ਦੇ ਘਰ ਦੇ, ਤੇ ਮੇਰਾ ਭਤੀਜਾ ਉਹਨੂੰ ਫੋਨ ਕੀਤਾ ਉਹਨੇ ਨੇ, ਉਹ ਫਿਰ ਉਹਦੇ ਘਰ ਗਿਆ ਦੇਖਿਆ ਉਹਨੇ ਤੇ ਉਹ ਜੋਸ਼ ਪੇ ਦੇ ਅੰਦਰ ਸਾਰੇ। ਕਿੱਦਾਂ ਬੇਹੋਸ਼ ਹੋ ਗਿਆ? ਇਹ ਨਹੀਂ ਪਤਾ, ਅੰਦਰ ਅੱਗ ਉੱਗ ਗਿੱਠੀ ਬਾਲੀ ਦੀ ਰਾਤ। ਤੇ ਕਿੰਨੇ ਕੁ ਲੋਕ ਸੀ ਘਰ ਚੁੱਕੇ? ਇਹ 4 ਜਣੇ। ਇੱਕੋ ਫੈਮਿਲੀ? ਹਾਂਜੀ ਇੱਕੋ ਫੈਮਿਲੀ। ਪਠਾਨਕੋਟ ਵਿੱਚ ਦੀ ਐਮਰਜੈਂਸੀ ਵਿੱਚ ਕੋਈ ਕਰੀਬ 2 ਵਜੇ ਸਾਡੇ ਕੋਲ 4 ਪੇਸ਼ੈਂਟ ਰਿਪੋਰਟ ਹੋਏ ਹੈਗੇ ਆ। ਇਹਨਾਂ ਨੇ ਕਿਤੇ ਰਾਤ ਨੂੰ ਜਦੋਂ ਸੋਏ ਸੁੱਤੇ ਹੈਗੇ ਆ, ਇਹਨਾਂ ਨੇ ਕੋਇਲਾਂ ਵਾਲੀ ਜਿਹੜੀ ਅੰਗੀਠੀ ਹੈਗੀ ਆ ਉਹ ਆਪਣੇ ਕਮਰੇ 'ਚ ਰੱਖ ਲਈ ਅਤੇ ਕਮਰੇ ਦਰਵਾਜ਼ਾ ਬੰਦ ਕਰ ਦਿੱਤਾ, ਜਿਹਦੇ ਨਾਲ ਕਾਰਬਨ ਮੋਨੋਆਕਸਾਈਡ ਪੋਇਜ਼ਨਿੰਗ ਜਿਹੜੀ ਹੈਗੀ ਆ ਉਹ ਹੋ ਜਾਂਦੀ ਹੈਗੀ ਹੈ। ਅਤੇ ਜਿਹੜੇ 3 ਪੇਸ਼ੈਂਟ 4 ਪੇਸ਼ੈਂਟ ਹੈਗੇ ਇਸ ਵੇਲੇ ਕਾਰਬਨ ਮੋਨੋਆਕਸਾਈਡ ਪੋਇਜ਼ਨਿੰਗ ਨਾਲ ਸਾਡੇ ਕੋਲ ਆਏ ਹੈਗੇ ਆ, ਜਿਹਦੇ ਵਿੱਚੋਂ 3 ਪੇਸ਼ੈਂਟ ਜਿਹੜੇ ਹੈਗੇ ਆ ਬਿਲਕੁਲ ਸਟੇਬਲ ਹੈਗੇ ਆ ਅਤੇ 1 ਪੇਸ਼ੈਂਟ ਥੋੜ੍ਹਾ ਸੀਰੀਅਸ ਹੈਗਾ। ਇਹਨੂੰ ਅਸੀਂ 1 ਪੇਸ਼ੈਂਟ ਨੂੰ ਅਸੀਂ ਰੈਫਰ ਕਰਨ ਲੱਗੇ ਹਾਂ ਅਤੇ ਬਾਕੀ 3 ਪੇਸ਼ੈਂਟ ਜਿਹੜੇ ਹੈਗੇ ਆ ਸਟੇਬਲ ਕੰਡੀਸ਼ਨ ਵਿੱਚ ਸਾਡੇ ਕੋਲ। ਸਰ ਅਸੀਂ ਭੜੋਲੀ ਤੋਂ ਆਇਆ, ਰੂਈ ਦਾਸ ਮੇਰਾ ਨਾਂ ਆ। ਕੀ ਹਾਸਾ ਹੋਇਆ ਹੈ? ਸਰ ਅਸੀਂ ਤੇ ਬਾਹਰ ਹੀ ਤੇ ਇਹਦੇ ਮੁੰਡੇ ਨੇ ਫੋਨ ਕੀਤਾ ਧਰਮਸ਼ਾਲਾ, ਉਹ ਕਹਿੰਦਾ ਵੀ ਫੋਨ ਨਹੀਂ ਚੁੱਕੇ ਦੇ ਘਰ ਦੇ, ਤੇ ਮੇਰਾ ਭਤੀਜਾ ਉਹਨੂੰ ਫੋਨ ਕੀਤਾ ਉਹਨੇ ਨੇ, ਉਹ ਫਿਰ ਉਹਦੇ ਘਰ ਗਿਆ ਦੇਖਿਆ ਉਹਨੇ ਤੇ ਉਹ ਜੋਸ਼ ਪੇ ਦੇ ਅੰਦਰ ਸਾਰੇ। ਕਿੱਦਾਂ ਬੇਹੋਸ਼ ਹੋ ਗਿਆ? ਇਹ ਨਹੀਂ ਪਤਾ, ਅੰਦਰ ਅੱਗ ਉੱਗ ਗਿੱਠੀ ਬਾਲੀ ਦੀ ਰਾਤ। ਤੇ ਕਿੰਨੇ ਕੁ ਲੋਕ ਸੀ ਘਰ ਚੁੱਕੇ? ਇਹ 4 ਜਣੇ। ਇੱਕੋ ਫੈਮਿਲੀ? ਹਾਂਜੀ ਇੱਕੋ ਫੈਮਿਲੀ। ਪਠਾਨਕੋਟ ਵਿੱਚ ਦੀ ਐਮਰਜੈਂਸੀ ਵਿੱਚ ਕੋਈ ਕਰੀਬ 2 ਵਜੇ ਸਾਡੇ ਕੋਲ 4 ਪੇਸ਼ੈਂਟ ਰਿਪੋਰਟ ਹੋਏ ਹੈਗੇ ਆ। ਇਹਨਾਂ ਨੇ ਕਿਤੇ ਰਾਤ ਨੂੰ ਜਦੋਂ ਸੋਏ ਸੁੱਤੇ ਹੈਗੇ ਆ, ਇਹਨਾਂ ਨੇ ਕੋਇਲਾਂ ਵਾਲੀ ਜਿਹੜੀ ਅੰਗੀਠੀ ਹੈਗੀ ਆ ਉਹ ਆਪਣੇ ਕਮਰੇ 'ਚ ਰੱਖ ਲਈ ਅਤੇ ਕਮਰੇ ਦਰਵਾਜ਼ਾ ਬੰਦ ਕਰ ਦਿੱਤਾ, ਜਿਹਦੇ ਨਾਲ ਕਾਰਬਨ ਮੋਨੋਆਕਸਾਈਡ ਪੋਇਜ਼ਨਿੰਗ ਜਿਹੜੀ ਹੈਗੀ ਆ ਉਹ ਹੋ ਜਾਂਦੀ ਹੈਗੀ ਹੈ। ਅਤੇ ਜਿਹੜੇ 3 ਪੇਸ਼ੈਂਟ 4 ਪੇਸ਼ੈਂਟ ਹੈਗੇ ਇਸ ਵੇਲੇ ਕਾਰਬਨ ਮੋਨੋਆਕਸਾਈਡ ਪੋਇਜ਼ਨਿੰਗ ਨਾਲ ਸਾਡੇ ਕੋਲ ਆਏ ਹੈਗੇ ਆ, ਜਿਹਦੇ ਵਿੱਚੋਂ 3 ਪੇਸ਼ੈਂਟ ਜਿਹੜੇ ਹੈਗੇ ਆ ਬਿਲਕੁਲ ਸਟੇਬਲ ਹੈਗੇ ਆ ਅਤੇ 1 ਪੇਸ਼ੈਂਟ ਥੋੜ੍ਹਾ ਸੀਰੀਅਸ ਹੈਗਾ। ਇਹਨੂੰ ਅਸੀਂ 1 ਪੇਸ਼ੈਂਟ ਨੂੰ ਅਸੀਂ ਰੈਫਰ ਕਰਨ ਲੱਗੇ ਹਾਂ ਅਤੇ ਬਾਕੀ 3 ਪੇਸ਼ੈਂਟ ਜਿਹੜੇ ਹੈਗੇ ਆ ਸਟੇਬਲ ਕੰਡੀਸ਼ਨ ਵਿੱਚ ਸਾਡੇ ਕੋਲ।